ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸੁਣਿਆ ਇੱਕ ਬੈਡ ਸੂਈ ਵੀ ਅਤੇ ਇੱਕ ਨੀਲੀ ਰਾਵੀ ਝੋਟੀ ਸੂਣ ਵਾਲੀ ਸੇਲ ਆ, ਇਹ ਦੋ ਨਾਗ ਵੀਰ ਦੇ ਵਿਕਾਊਗਾ। ਡਿਟੇਲ ਵੀਰ ਤੋਂ ਪੁੱਛਦਿਆ ਹੋ ਅੱਗੇ ਕਰੀ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ। ਜ਼ਿਲ੍ਹਾ ਪੈ ਗਿਆ ਮੋਗਾ। ਇਹ ਮੋਗਾ ਤੋਂ ਲੁਧਿਆਣਾ ਰੋਡ ਦੇ ਉੱਪਰ ਪਿੰਡ ਹੈਗਾ। ਠੀਕ ਹੈ, ਮੋਗਾ ਸ਼ਹਿਰ ਪੈਂਦਾ 5 ਕਿਲੋਮੀਟਰ ਤੋਂ 10-12 ਕਿਲੋਮੀਟਰ ਪੈ ਜਾਂਦਾ। ਠੀਕ ਹੈ, ਮੋਬਾਈਲ ਨੰਬਰ ਕਿੰਨਾ ਜੀ ਆਪਣਾ? 94-176-12-491। ਪਹਿਲੇ ਨੰਬਰ ਜਿਹੜੀ ਆਪਾਂ ਬੈਠ ਦੇਖਦੇ ਪਏ ਹਾਂ, ਕਿਹੜਾ ਸੂਆ ਬਾਈ ਜੀ? ਦੂਜਾ ਸੂਆ ਬੱਚਾ ਇਹਦਾ ਆ ਖੜਾ ਮੇਲ ਕਾਫਨ। ਇੱਕ ਮਹੀਨਾ 10 ਦਿਨ ਆਪਣੀ ਘਰ ਦੀ ਬੈਠਾ ਖਰੀਦੀ ਪਈ। ਕਿੰਨਾ ਦੁੱਧ ਹੈ ਇਸ ਵਕਤ ਹਾਜ਼ਰ? 2 ਲੀਟਰ ਤਿਆਰ ਆ। ਮਿਣ ਕੇ ਦੇ ਦਾਂਗੇ ਜਮਾ। ਠੀਕ ਹੈ ਵੀ, ਸਹੀ ਕਰ ਲਏ ਵੀ, ਦੋ ਟਾਈਮ ਚਵਾ ਕੇ ਦੇਵਾਂਗੇ ਜਮਾ। ਸੁਬਹ ਨੂੰ ਚਵਾ ਕੇ ਤੁਹਾਨੂੰ ਦੁੱਧ ਇੱਥੋਂ ਮਿਲੂਗਾ ਅਤੇ ਬਾਕੀ 2 ਲੀਟਰ ਵੀਰ ਦੇ ਘਰੇ ਹਾਜ਼ਰ ਆ ਜਮਾ। ਅਤੇ ਮੰਨ ਕੇ ਚਲੇ ਇਸ ਤੋਂ ਬਾਅਦ ਨਾ ਤਾਂ ਘਟਣ ਵਾਲੀ ਮਾਂ ਬਣਾ ਅਤੇ ਨਾ ਵੱਧ ਸਕਦੇ ਇਸ ਤੋਂ ਵੱਧ, ਹੈ ਨਾ? ਕਿਉਂਕਿ ਬਾਕੀ ਦਾ ਇੱਥੇ ਮੇਨਟੇਨ ਵਗੈਰਾ ਦੇਖੋ, ਪੂਰਾ ਸਾਫ਼ ਸੁਥਰੀ ਆ ਅਤੇ ਸ਼ੌਂਕ ਦੇ ਨਾਲ ਵੀਰ ਦੇ ਪਸ਼ੂ ਰੱਖਿਆ। ਬਾਕੀ ਸਿਆਲ ਦਾ ਮਹੀਨਾ ਜਿਵੇਂ ਸਫਾਈ ਵਗੈਰਾ ਵੀ ਬਹੁਤ ਆ, ਇਹ ਸਫਾਈ ਦਾ ਮੁੱਲ ਆ ਅਤੇ ਸ਼ੌਂਕ ਨਾਲ 2 ਲੀਟਰ ਵੀਰ ਦੇ ਘਰੇ ਹਾਜ਼ਰ ਆ। ਤੁਹਾਡੇ ਘਰੇ ਜਾ ਕੇ 18 ਦੇਵੇ 20 ਦੇਵੇ ਉਹ ਗੱਲ ਵੱਖਰੀ ਆ। ਚਵਾਈ ਵਗੈਰਾ ਓਕੇ ਆ? ਹਾਂਜੀ ਓਕੇ। ਅਤੇ ਰੇਂਜ ਇਹਦੀ ਕਿੰਨੀ ਹੋਊ ਜੀ? ਰੇਂਜ 75,000। ਗੁੰਜਾਇਸ਼ ਹੋ ਜੂ ਮਾੜੀ ਮੋਟੀ? ਹਾਂਜੀ ਓਕੇ। ਧੋਰੇ ਬਾਹਰ ਨੂੰ ਸੁਗਰੋ ਕੱਦ ਕਾਠ ਵਗੈਰਾ ਅਤੇ ਲੇਵਾ ਵਗੈਰਾ ਬੈਠਦਾ ਦੇਖ ਸਕਦੇ ਹੋ, ਪੂਰੀ ਸਾਫ਼ ਸੁਥਰੀ, ਕੋਈ ਕਿਸੇ ਪਾਸੇ ਹੱਥ ਧਰਾਣੀ, ਸਾਫ਼ ਸੁਥਰੀ ਸੁਨੱਖਾਪਣ ਬਹੁਤ ਆ ਅਤੇ ਕੰਪੈਕਟ ਅਡਰਾ ਬਿਲਕੁਲ, ਕੋਈ ਜਿਹੜੀ ਟੁੱਟਵਾਂ ਲੇਵਾ ਡੱਪ ਡੱਪ ਵੱਜਦਾ, ਪੂਰੀ ਸਾਫ਼ ਸੁਥਰੀ। ਦੂਸਰਾ ਸੂਆ ਸੂਈ ਵੀ ਆ ਅਤੇ ਬਾਕੀ ਗੌਰ ਵਗੈਰਾ ਵੀ ਪੂਰੀ ਫੁੱਲ ਆ ਵੀਰ ਦੀ। ਇਹ ਨਹੀਂ ਗੱਲ ਵੀ ਕੁਛ ਜਾ ਕੇ ਆਪਾਂ ਨੂੰ ਕਰਨਾ ਪਊ ਇਹਦੇ 'ਤੇ, ਕੁਛ ਨਹੀਂ ਕਰਨਾ ਪੈਣਾ। ਸੋ ਲੇਵਾ ਦੇਖੋ, ਵੀਡੀਓ ਕਵਰ ਕਰਦਾ ਟਾਈਮ ਸਹੀ ਆਪਣਾ 1:30 ਵਜੇ ਦਾ ਟਾਈਮ ਹੋਊਗਾ, ਲਗਭਗ 1:15 ਇੱਥੇ ਵੱਜਿਆ ਬੈਠਾ ਵਾ ਅਤੇ ਉਸ ਹਿਸਾਬ ਨਾਲ ਗੈਸ ਕਰੋ ਅਤੇ ਬੱਚਾ ਇਹਦੇ ਨਾਲ ਹੈਗਾ ਮੇਨ ਕਾਪ ਬੱਚਾ। ਸੋ ਥਾਣ ਲੇਵਾ ਦੇਖੋ, ਸੋਹਣਾ ਸਾਫ਼ ਸੁਥਰਾ ਅਤੇ ਸੂਈ ਸਵਾਈ ਜੇਰ ਜਪਾ ਡਾਨਾ। 1 ਮਹੀਨਾ ਅਤੇ 10 ਦਿਨਾਂ ਦਾ ਸੂਆ ਇਹਦਾ, 75,000 ਰੁਪਇਆ ਮੁੱਲ ਆ ਅਤੇ ਚੋਣ ਚਵਾ ਦੀ ਜਮ੍ਹਾਂ 100 ਦੀ 100, ਹੈ ਨਾ ਜੀ? 100 100 ਬਈ। ਠੀਕ ਹੈ, ਅਤੇ ਅੱਗੇ ਆਪਾਂ ਦੂਜੇ ਨੰਬਰ 'ਤੇ ਗੱਲ ਕਰਦੇ, ਜਿਹੜੀ ਨੀਲੀ ਰਾਵੀ ਜਿਹੜੀ ਇਹ ਝੋਟੀ ਆ ਜੀ, ਕਿਹੜਾ ਸੂਆ ਸੂਦੀ ਆ? ਕੈਕ ਦਿਨ ਲੈਂਦੀ ਆ ਜੀ? ਇਹ 22 ਤਰੀਕ ਨੂੰ ਦਿਨ ਪੂਰੇ ਆ। 22 ਤਰੀਕ ਨੂੰ ਦਿਨ ਪੂਰੇ ਆ। ਟੀਕਾ ਵਗੈਰਾ ਪਤਾ ਕੁਛ ਕਿਹੜਾ ਲੱਗਿਆ ਵਾ? ਠੀਕ ਹੈ, ਅਤੇ ਪਹਿਲਾਂ ਨੇ ਦੁੱਧ ਕਿੰਨਾ ਕੁ ਪਾਇਆ ਨੇ? 12 ਲੀਟਰ। ਇਸ ਵਾਰ ਆਪਾਂ ਅੰਦਾਜ਼ਾ ਲਾਈਏ ਕਿੰਨਾ ਪਾ ਦੂਗੀ? ਵੀ ਇੰਨਾ ਕੁ ਦੁੱਧ ਦੇ ਦੂਗੀ। ਇਹਦੀ ਰੇਂਜ ਕਿੰਨੀ ਕੁ ਆ ਜੀ? ਠੀਕ ਹੈ, ਤੋਰਿਓ ਵਾਰ ਨੂੰ ਸਭ ਨੂੰ ਦੂਜੇ ਨੰਬਰ 'ਤੇ ਝੋਟੀ, ਅੱਖਾਂ 'ਚ ਜਵਾਬ ਹੈਗੇ ਆ ਅਤੇ ਮੱਥੇ ਤੋਂ ਸਿੰਗ ਨੀਵਾਂ ਨੀਲੀ ਰਾਵੀ ਵਾਲਾ। ਸੋ ਥਾਲ ਡੇਵਾ ਦੇਖੋ ਸਾਫ਼ ਸੁਥਰਾ, ਚਾਰੇ ਥਾਂ ਨਿਖੜਵੇਂ ਪਿੱਠੀ 'ਤੇ ਸੋਹਣੇ ਲੱਗੇ ਵੇ ਆ ਅਤੇ ਸਰਕਾਰੀ ਇਹਦੇ ਸੀਮਨ ਲੱਗਿਆ ਹੋਇਆ, ਜਿਹੜਾ ਆਪਣਾ ਯੂਨੀਵਰਸਿਟੀ ਸੀਮਨ ਹੁੰਦਾ ਉਸ ਸੀਮਨ ਤੋਂ ਗੱਬਣਾ। ਦਿਨ ਲਗਭਗ ਮੰਨੀਏ 4 ਕੁ ਲੈ ਜਾਓ ਜੀ, ਅਜੇ ਜ਼ਿਆਦਾ ਲੈ ਜਾਓ, 22 ਤਰੀਕ ਨੂੰ ਦਿਨ ਪੂਰੇ ਆ। ਠੀਕ ਹੈ, ਲਗਭਗ ਮੰਨ ਕੇ ਚੱਲੀਏ 7-8 ਦਿਨ ਲੈ ਜਾਣੇ ਨੇ। 12 ਲੀਟਰ ਦੁੱਧ ਇਹਨੇ ਪਲੂਣ ਨੇ ਪਾਇਆ ਅਤੇ ਬਾਕੀ ਥਾਣ ਲੇਵਾ ਦੇਖੋ, ਸੋਹਣਾ ਗੁੱਲੇ ਵਾਲਾ ਥਾਣਾ, 1,20,000 ਰੁਪਏ ਕੀਮਤ ਆ, ਪਤਲੀ ਚਮੜੀ ਦੇ ਵਿੱਚ ਨਰਮ 12 ਲੀਟਰ ਦੁੱਧ ਪਲੂਣ ਨੇ ਪਾਇਆ। ਲਗਭਗ ਅੰਦਾਜ਼ਾ ਲਾਈਏ 2 ਕੁ ਲੀਟਰ ਪਲੱਸ, ਇਸ ਵਾਰ ਮੰਨ ਸਕਦੇ ਵੀ 14 ਕੁ ਲੀਟਰ ਤੱਕ ਦੁੱਧ ਆਰਾਮ ਨਾਲ ਦੇ ਸਕਦੀ ਹੈ। ਹਾਂਜੀ, ਨੰਬਰ ਬੋਲਿਓ ਬਾਈ ਦੁਬਾਰੇ ਆਪਣਾ। 94-176-12-491। ਪਿੰਡ ਚਗਾਵਾਂ, ਜ਼ਿਲ੍ਹਾ ਮੋਗਾ ਪੈ ਗਿਆ। ਸੋ ਦੋਨੇ ਨਗਾਂ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ ਨੂੰ।